ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਅਹਿਮ ਤੇ ਵੱਡੀ ਖਬਰ ਤੋਂ ਸ਼ੁਰੂਆਤ ਕਰਾਂਗੇ। ਦੱਸ ਦਈਏ ਕਿ ਜ਼ਿਮਨੀ ਚੋਣਾਂ ਨੇ ਜਿਸ ਨੂੰ ਲੈ ਕੇ ਭਾਜਪਾ ਨੇ ਆਪਣੇ ਦੋ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਉਹਨਾਂ ਦੇ ਵੱਲੋਂ ਫਗਵਾੜਾ ਤੇ ਮੁਕੇਰੀਆ ਤੋਂ ਐਲਾਨ ਕੀਤਾ ਗਿਆ ਉਮੀਦਵਾਰਾਂ ਦਾ ਐਲਾਨ। ਹਾਲਾਂਕਿ ਕੱਲ੍ਹ ਕਿਆਸ ਬਹੁਤ ਲਗਾਏ ਜਾ ਰਹੇ ਸਨ ਕਿ ਵਿਜੇ ਸਾਂਪਲਾ ਦੇ ਪੁੱਤਰ ਨੂੰ ਉੱਥੋਂ ਟਿਕਟ ਮਿਲ ਸਕਦੀ ਹੈ, ਪਰ ਅਜਿਹਾ ਨਹੀਂ ਹੋਇਆ। ਉਹਨਾਂ ਦੇ ਵੱਲੋਂ ਦੋ ਉਮੀਦਵਾਰਾਂ ਦਾ ਐਲਾਨ ਜ਼ਰੂਰ ਕੀਤਾ ਗਿਆ। ਫਗਵਾੜਾ ਤੇ ਮੁਕੇਰੀਆ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਫਗਵਾੜਾ ਤੇ ਮੁਕੇਰੀਆ ਤੋਂ ਉਮੀਦਵਾਰ ਐਲਾਨ ਦਿੱਤੇ ਗਏ ਨੇ ਬੀਜੇਪੀ ਦੇ ਵੱਲੋਂ। ਦੱਸ ਦਈਏ ਕਿ ਕਈ ਕਿਆਸ ਲਗਾਏ ਜਾ ਰਹੇ ਸਨ, ਪਰ ਅਜਿਹੇ ਕਿਆਸ ਉਮੀਦਵਾਰਾਂ ਦਾ ਐਲਾਨ ਜ਼ਰੂਰ ਕੀਤਾ ਗਿਆ, ਪਰ ਵੱਖਰੇ ਹੀ ਜਿਹੜੇ ਨਾਂ ਨੇ ਉਹ ਸਾਹਮਣੇ ਆਏ ਨੇ। ਫਗਵਾੜਾ ਤੇ ਮੁਕੇਰੀਆ ਤੋਂ ਉਮੀਦਵਾਰ ਐਲਾਨ ਦਿੱਤੇ ਗਏ ਨੇ ਕਿ 1 ਅਕਤੂਬਰ ਨੂੰ ਜਿਹੜੀਆਂ ਚੋਣਾਂ ਹੋਣੀਆਂ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਲ ਪੰਜਾਬ ਦੀਆਂ 4 ਸੀਟਾਂ ਤੇ ਜ਼ਿਮਨੀ ਚੋਣਾਂ ਹੋਣਗੀਆਂ। ਫਗਵਾੜਾ, ਮੁਕੇਰੀਆ, ਜਲਾਲਾਬਾਦ ਤੇ ਦਾਖਾ ਦੀ ਸੀਟ ਇਹਨਾਂ 4 ਸੀਟਾਂ ਤੇ ਚੋਣਾਂ ਹੋਣੀਆਂ ਨੇ ਤੇ 2 ਸੀਟਾਂ ਤੇ ਅਕਾਲੀ ਦਲ ਉਮੀਦਵਾਰ, ਨਾਲ ਹੀ 2 ਸੀਟਾਂ ਤੇ ਬੀਜੇਪੀ ਉਮੀਦਵਾਰ ਲੜਨਗੇ। ਜਿਹੜੇ ਸਾਡੇ ਕੀਤੇ ਹੋਏ ਕੰਮਾਂ ਮਨਜੋਗ ਸੋਮ ਪ੍ਰਕਾਸ਼ ਜੀ ਨੇ, ਸਾਂਪਲਾ ਜੀ ਨੇ ਉੱਥੇ, ਅਤੇ ਮੈਨੂੰ ਲੱਗਦਾ ਉਹਦੇ ਕਾਰਨ ਸਾਨੂੰ ਕੋਈ ਦਿੱਕਤ ਨਹੀਂ ਆ। ਸੀਟ ਅਸੀਂ ਬਹੁਤ ਸੌਖੀ ਕੱਢਾਂਗੇ ਅਤੇ ਉੱਥੇ ਲੋਕਾਂ ਨੂੰ ਪਤਾ ਆ ਅਤੇ ਮੇਰੀ ਵੀ ਲੋਕਾਂ ਨਾਲ ਉੱਥੇ ਕਾਫੀ ਕਦੇ ਕਾਲਜ ਟਾਈਮ ਤੋਂ ਮੇਰੇ ਉੱਥੇ ਬਹੁਤ ਸਾਰੇ ਦੋਸਤ ਆ, ਸਾਡਾ ਪਰਿਵਾਰ ਉੱਥੇ ਆ, ਅਤੇ ਮੈਨੂੰ ਨਹੀਂ ਲੱਗਦਾ ਕੋਈ ਐਡੀ ਸਾਨੂੰ ਦਿੱਕਤ ਆ। ਉਹ ਸੀਟ ਜਿੱਤਾਂਗੇ ਅਤੇ ਬਹੁਤ ਵਧੀਆ ਮਾਰਜਨ 'ਤੇ ਜਿੱਤਾਂਗੇ। ਅਸੀਂ ਮੋਦੀ ਸਾਹਿਬ ਦੀਆਂ ਸਕੀਮਾਂ ਜੋ ਅਸੀਂ ਪੰਜਾਬ 'ਚ ਕੀਤਾ ਆ, ਚਾਹੇ ਮੈਂ ਕਮਿਸ਼ਨ 'ਚ ਸੀ, ਚਾਹੇ ਸੋਮ ਪ੍ਰਕਾਸ਼ ਜੀ ਦੀ ਸਾਂਭਲਾਈ, ਉਹ ਸਾਰੀਆਂ ਨੂੰ ਅਸੀਂ ਮੁੱਦੇ ਲੈ ਕੇ ਅਤੇ ਜੋ ਕਾਂਗਰਸ ਨੇ ਨਹੀਂ ਕੀਤਾ, ਉਹਨਾਂ ਨੂੰ 3.5 ਸਾਲ ਹੋ ਗਏ ਆ, ਉਹਨਾਂ ਨੇ 3.5 ਸਾਲ 'ਚ ਜੋ ਲੋਕਾਂ ਨਾਲ ਵਾਅਦੇ ਕੀਤੇ ਨਹੀਂ ਪੂਰੇ ਕੀਤੇ, ਤਾਂ ਲੋਕਾਂ 'ਚ ਅਸੀਂ ਦੱਸਾਂਗੇ। ਭਾਜਪਾ ਨੇ ਜਾਰੀ ਕੀਤੀ ਹੈ ਲਿਸਟ। ਫਗਵਾੜਾ ਤੇ ਮੁਕੇਰੀਆ ਤੋਂ ਉਮੀਦਵਾਰ ਐਲਾਨੇ ਗਏ ਨੇ। ਫਗਵਾੜਾ ਤੋਂ ਰਾਜੇਸ਼ ਬੱਗਾ ਲੜਨਗੇ ਚੋਣ ਤੇ ਮੁਕੇਰੀਆ ਤੋਂ ਜੰਗੀ ਲਾਲ ਮਹਾਜਨ ਉਮੀਦਵਾਰ ਐਲਾਨ ਦਿੱਤੇ ਗਏ ਨੇ। ਹਾਲਾਂਕਿ ਕਿਆਸ ਲਗਾਏ ਜਾ ਰਹੇ ਸਨ ਕਿ ਵਿਜੇ ਸਾਂਪਲਾ ਦੇ ਪੁੱਤਰ ਟਿਕਟ ਦਿੱਤੀ ਜਾ ਸਕਦੀ ਹੈ, ਪਰ ਅਜਿਹਾ ਨਹੀਂ ਹੋਇਆ। ਮੁਕੇਰੀਆ ਤੇ ਫਗਵਾੜਾ 2 ਸੀਟਾਂ, ਇਹਨਾਂ ਤੋਂ ਬੀਜੇਪੀ ਉਮੀਦਵਾਰ ਚੋਣ ਲੜਨਗੇ ਤੇ 2 ਸੀਟਾਂ ਦਾਖਾ ਤੇ ਜਲਾਲਾਬਾਦ, ਇੱਥੋਂ ਅਕਾਲੀ ਦਲ ਉਮੀਦਵਾਰ ਹੋਣਗੇ। ਭਾਈਵਾਲ ਪਾਰਟੀ ਗੱਠਜੋੜ ਦੇ ਚੱਲਦੇ ਅਕਾਲੀ ਦਲ ਅਤੇ ਬੀਜੇਪੀ ਪਾਰਟੀ ਦੋਵੇਂ 2-2 ਸੀਟਾਂ ਤੇ ਆਪਣੇ ਉਮੀਦਵਾਰ ਐਲਾਨ ਚੁੱਕੇ ਨੇ। ਇਹਨਾਂ ਦੇ ਵੱਲੋਂ ਕੜਾ ਮੁਕਾਬਲਾ ਹੋਏਗਾ 3 ਅਹਿਮ ਪਾਰਟੀਆਂ, ਕਾਂਗਰਸ ਪਾਰਟੀ, ਅਕਾਲੀ ਦਲ
ਅਤੇ ਨਾਲ ਆਮ ਆਦਮੀ ਪਾਰਟੀ। ਤਿੰਨ ਮੁੱਖ ਪਾਰਟੀਆਂ ਚੋਣ ਲੜਨਗੀਆਂ। 21 ਅਕਤੂਬਰ ਨੂੰ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਅਤੇ ਨਾਲ ਉਮੀਦਵਾਰ ਵੀ ਜਿਹੜੇ ਨੇ ਉਹ ਵਾਰੋ ਵਾਰੀ ਐਲਾਨੇ ਜਾ ਰਹੇ ਨੇ। ਹੁਣ ਤੱਕ ਸਾਰੇ ਉਮੀਦਵਾਰ ਐਲਾਨ ਦਿੱਤੇ ਗਏ ਨੇ ਦੋ ਸੀਟਾਂ 'ਤੇ, ਫਗਵਾੜਾ ਅਤੇ ਮੁਕੇਰੀਆ ਦੀ ਗੱਲ ਕਰ ਰਿਹਾ। ਜਿੱਥੋਂ ਫਗਵਾੜਾ ਤੋਂ ਰਾਜੇਸ਼ ਬੱਗਾ, ਨਾਲ ਮੁਕੇਰੀਆ ਤੋਂ ਜੰਗੀ ਲਾਲ ਮਹਾਜਨ ਉਮੀਦਵਾਰ ਐਲਾਨ ਦਿੱਤੇ ਗਏ ਨੇ ਬੀਜੇਪੀ ਪਾਰਟੀ ਦੇ ਵੱਲੋਂ। ਲਿਸਟ ਜਾਰੀ ਕੀਤੀ ਗਈ ਜਿਨ੍ਹਾਂ ਦੇ ਵਿੱਚ ਇਹ ਦੋ ਉਮੀਦਵਾਰ ਫਗਵਾੜਾ ਅਤੇ ਮੁਕੇਰੀਆ ਤੋਂ ਐਲਾਨ ਦਿੱਤੇ ਗਏ। ਉੱਧਰ ਦੂਸਰੇ ਪਾਸੇ ਅਕਾਲੀ ਦਲ ਜਲਾਲਾਬਾਦ ਅਤੇ ਦਾਖਾ ਸੀਟ ਤੋਂ ਆਪਣੇ ਉਮੀਦਵਾਰ ਐਲਾਨ ਚੁੱਕੇ ਹੈ ਜਿਨ੍ਹਾਂ ਦੇ ਵੱਲੋਂ ਚੋਣ ਲੜੀ ਜਾਏਗੀ। ਦੋ ਦੋ ਸੀਟਾਂ ਭਾਈਵਾਲ ਪਾਰਟੀ ਵੱਲੋਂ ਵੰਡੀਆਂ ਗਈਆਂ ਨੇ ਜਿਨ੍ਹਾਂ 'ਤੇ ਉਮੀਦਵਾਰਾਂ ਦਾ ਐਲਾਨ ਹੋ ਚੁੱਕਿਆ। ਕੜਾ ਮੁਕਾਬਲਾ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਵੇਖਣ ਨੂੰ ਮਿਲੇਗਾ।